आवाज इधर देखो, हेलो आई गड्डी आने लगी। गड्डी तजिंदर रोटी लिया ਤੁਹਾਡੇ ਵਾਸਤੇ। समोसा नहीं पिया कोई? नहीं, समोसे तो दोपहर खत्म हो गए हैं। नहीं हुन कोई भी नहीं, हुन भी समोसे ही दे दे, सवेर नु फिर समोसे ही दे दी। तू गुस्से वाली करी गल है, मैं ले आदी नहीं रोटी। तेर गुस्से वाली गल करनी है? दोपहर नु चौके मेनू फोन करता भी समोसे ले आयो, रोटी बनाने किन्ना टाइम लगना हैगा? ओ ते जानिया तुसी घर बस। ओ ते मम्मी वीरे मैं ते भाभी नु कहया ही मैं हेल्प करा दिनी आ, पर भाभी कहंदे नहीं कोई नहीं, तेरे वीरे ने केड़ा स्पेशल जाना, आउंदे आउंदे समोसे ले आउणगे। पर मैं भी फिर क्या चलो ठीक है। सुन लिया, चल जा ले आके दे यार रोटी। हुन ले आनी है। सुखबाज आजो। मम्मी हुन ना मैं आज जुत्ती लेके आनी किसी दिन। ले आवी, कदी तू सूट लेना कदी तू जुत्ती लेनी है, काम ही नहीं कोई होर तेनू। हेलो, हाँ हाँ आ गया आ गया, बस निकल लगा करो। संदीप हाँ जी आ ले फट, तू रखिया मैं कि उठती रहना वा। आहो संदीप तू ही रख दे फिर संभाल के यार। हाँ संभाल के रखी, चाबी उठे है ना? उठे पई है। मेरा ही फोन आंदा है बंदे एक दा ते मैं भी हां तू ठीक है। सिमी हुन अगे दस की करना? मम्मी हुन टेंशन फ्री रह, जो भी करना ना कल नु करांगे। मम्मी मार फिर आवाज भाभी नू। संदीप हाँ जी मम्मी जी। वो तजिंदर कहन डिया मैं 7000 रुपया कढ़ के फड़ा दो, मैं किसी नू देना वा। ठीक है मैं लियानी कढ़ के। चाबी उत्थे ही है? उत्थे ही है जिथे कल दी रखी। अच्छा मम्मी मुर्गी तो आप ही फस गई अपने जाल च। चुप कर, वो तो कन्न बड़े तेज ही। मम्मी हुन ना मैं इदा करती हाँ, मैं बाथरूम च जानी हाँ तो मैं जाके पैसे लगा लूंगी। चलो मैं आके लगानी है, पहले पैसे दे आनी है। मम्मी जानी हूं मैं। चल ठीक है जा फिर। आ पैसे ना हूं मैं अपने को लगा के रख लेनी हूं, फटाफट ना हूँ मर जानी हाँ कि भाभी ना शक हो जाए। हेलो चाबी मम जी। किद्दां सिमी हो गया काम? ले मम्मी तेनू नहीं पता तेरी धी ने के काम नू हाथ पाया होए ते ओ काम पूरा ना होवे। किन्ने कदा कीता है फिर? 6000 दा कीता मम्मी। चल ठीक है, चुप करके हुण बैठी नहीं रौला ना पाई। हुण मम्मी फिर ओ वाले 6000 दा मैं की करा? करना की है, चुप करके अपने पर्स च पा ला।
ਮੰਮੀ ਜੀ ਉਹ ਪੈਸਿਆਂ 'ਚ ਵਰਤਿਆ ਤਾਂ ਕੋਈ ਪੈਸਾ ਨਹੀਂ ਨਹੀਂ ਮੈਂ ਨਹੀਂ ਵਰਤਿਆ ਉਹ ਤੂੰ ਹੀ 7000 ਜਿਹੜਾ ਲਿਆ ਸੀਗਾ ਉਹ ਵੀ ਸੰਦੀਪ ਨੇ ਰੱਖੇ ਸੰਦੀਪ ਨੇ ਤੈਨੂੰ ਫੜਾਇਆ ਮੈਂ ਤਾਂ ਵੇਖੇ ਵੀ ਨਹੀਂ ਆ ਅੱਛਾ ਅੱਛਾ ਅਤੇ ਮਤਲਬ ਫਿਰ 7000 ਨਿਕਲਿਆ 43000 ਰੁਪਇਆ ਹੋਣਾ ਅਜੇ ਮੈਂ ਕਿਹੜੇ ਖਾ ਗਈ ਹਾਂ ਅਸੀਂ ਨਹੀਂ ਉਹ 'ਚੋਂ ਕੋਈ ਵੀ ਪੈਸਾ ਛੇੜਿਆ ਤੇਰਾ ਜਾ ਤੈਨੂੰ ਸ਼ੱਕ ਵਾ ਨਾ ਜਾ ਜਾ ਕੇ ਗਿਣ ਲਾ ਆਪਣੇ ਚਲੋ ਵੇਖ ਲੈਂਦਾ ਮੈਂ ਇਹਚੋਂ 13000 ਰੁਪਈਆ ਘਟਿਆ ਮੈਂ ਤਾਂ 7000 ਰੁਪਈਆ ਮੰਗਾਇਆ ਸੀ ਇੱਕ ਵਾਰੀ ਫਿਰ ਗਿਣ ਲੈਂਦਾ ਫਿਰ ਉਹ ਨਹੀਂ ਹੋਣ ਡੇ ਆ ਮੰਮੀ ਜੀ ਹਾਂ ਹਾਂ ਦੱਸ ਪੈਸੇ ਇਹਚੋਂ 13000 ਰੁਪਈਆ ਘਟਿਆ ਮੈਂ ਤੁਹਾਡੇ ਕੋਲ 7000 ਰੁਪਈਆ ਮੰਗਾਇਆ ਸੀ ਨਾ ਦੁਬਾਰਾ ਗਿਣ ਲਾ ਭੁਲੇਖਾ ਲੱਗਾ ਹੋਣਾ ਵਾ ਮੰਮੀ ਜੀ ਮੈਂ ਅੱਗੇ 2 ਵਾਰੀ ਗਿਣ ਲਿਆ ਇਹ ਕਿਹੜਾ ਇੱਕ ਦਿਨ ਉੱਡਦਾ ਭੁਲੇਖਾ ਲੱਗਣ ਡਿਆ ਇਕੱਠਾ 6000 ਰੁਪਈਆ ਘਟਣ ਡਿਆ ਆ ਫਿਰ ਮੈਨੂੰ ਕੀ ਪਤਾ ਵਾ ਸੰਦੀਪ ਨੇ ਸਾਂਭਿਆ ਸੀ ਉਦਣ ਸੰਦੀਪ ਨੇ ਤੈਨੂੰ ਕੱਢ ਕੇ ਦਿੱਤੇ ਤੇ ਸਾਨੂੰ ਕੀ ਪਤਾ ਕਿੱਥੇ ਆ ਉਹਨੂੰ ਪੁੱਛ ਜਾ ਕੇ ਕਿੱਥੇ ਆ ਸੰਦੀਪ ਉੱਪਰ ਗਈ ਆ ਝਾੜੂ ਮਾਰਨ ਉਹਨੂੰ ਪੁੱਛ ਕੇ ਆਉਣਾ ਮੈਂ ਸੰਦੀਪ 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 ਹਾਂਜੀ ਯਾਰ ਤੈਨੂੰ ਜਿਹੜੇ ਉਦੋਂ ਪੈਸੇ ਫੜਾਏ ਸੀਗੇ ਸਾਂਭਣ ਵਾਸਤੇ ਤੇ ਉਹ 6000 ਰੁਪਈਆ ਘਟਣ ਡਿਆ ਵਾ 7000 ਤੇ ਮੈਂ ਲਿਆ ਸੀਗਾ 6000 ਕਿੱਦਾਂ ਘਟ ਸਕਦਾ ਵਾ ਪੂਰੇ ਪੂਰੇ ਪੈਸੇ ਹੀ ਆ ਮੈਂ ਤੇ ਬਸ 7000 ਤੁਹਾਨੂੰ ਦੇਤਾ ਸੀ ਤੇ ਯਾਰ ਮੈਂ ਤੇ ਕਈ ਵਾਰੀ ਗਿਣ ਲਿਆ ਨਹੀਂ ਪੂਰੇ ਹੋਣ ਦੇ ਤੇ ਇੱਕ ਵਾਰੀ ਫੇਰ ਜਾ ਕੇ ਚੈੱਕ ਕਰ ਲਓ ਕੀ ਪਤਾ ਤੁਹਾਡੇ ਕੋ ਗਲਤ ਗਿਣੇ ਗਏ ਹੋਣ ਤੂੰ ਲੋਕ ਨੂੰ ਚੰਗੀ ਤਰ੍ਹਾਂ ਲੋਕ ਤਾਂ ਲਾਇਆ ਸੀ ਹਾਂਜੀ ਮੈਂ ਲੋਕ ਤਾਂ ਚੰਗੀ ਤਰ੍ਹਾਂ ਲਗਾਇਆ ਸੀ ਤੇ ਫਿਰ 6000 ਕਿੱਥੇ ਗਿਆ ਮੈਨੂੰ ਕੀ ਪਤਾ ਕਿੱਥੇ ਗਏ 6000 ਉਹ ਚਲੋ ਇੱਕ ਵਾਰ ਦੇਖਦੇ ਜਾ ਕੇ 6000 ਕਿੱਦਾਂ ਘਟ ਸਕਦਾ ਵਾ ਮੈਂ ਤਾਂ ਕਈ ਵਾਰੀ ਵੇਖ ਲਿਆ ਉਹਦੇ ਵਿੱਚ ਮੈਨੂੰ ਤਾਂ ਕਿਤੇ ਲੱਭੇ ਨਹੀਂ ਤੇ ਮੈਂ ਸਾਰੇ ਲਫਾਫੇ 'ਚ ਪੈਕ ਕਰਕੇ ਰੱਖੇ ਸੀਗੇ ਮੰਮੀ ਕਿੱਥੇ ਕੁ ਪਹੁੰਚੀ ਫਿਰ ਗੱਲ ਗੱਲ ਕਿੱਥੇ ਪਹੁੰਚਣੀ ਆ ਪੈਸੇ ਉਹਦੇ ਗਿਣੇ ਤੇ ਪੈਸੇ ਘਟ ਗਏ ਉਹਦੇ ਤੇ ਹੁਣ ਗਿਆ ਸੀ ਕੋਠੇ 'ਤੇ ਮੈਂ ਸੰਦੀਪ ਨੂੰ ਪੁੱਛ ਉਹਨੇ ਹੀ ਰੱਖੇ ਸੀ ਅਤੇ ਉਹਨੇ ਤੈਨੂੰ ਕੱਢ ਕੇ ਦਿੱਤੇ ਅਤੇ ਸਾਨੂੰ ਕੀ ਪਤਾ ਵਾ ਕਿੱਥੇ ਗਏ ਆ ਅੱਛਾ ਅੱਛਾ ਕੋਈ ਨਹੀਂ ਫਿਰ ਵੇਟ ਕਰਦੇ ਹਾਂ ਥੱਲੇ ਹੀ ਆਉਣਾ ਦੋਵਾਂ ਨੇ ਆਹੋ ਆਹੋ ਡੀ ਕੇ ਇੱਥੇ ਬਹਿ ਕੇ ਹੁੰਦੇ ਆ ਅਤੇ ਪੁੱਛ ਲਈ ਫਿਰ ਲੱਗਾ ਪੈਸਿਆਂ ਦਾ ਪਤਾ ਨਹੀਂ ਮੰਮੀ ਜੀ ਤੇ ਪੈਸੇ ਤਾਂ ਤੂੰ ਹੀ ਰੱਖੇ ਸੀ ਤੂੰ ਹੀ ਇਹਨੂੰ ਕੱਢ ਕੇ ਦਿੱਤੇ ਪੈਸੇ ਕਿੱਥੇ ਚਲ ਗਏ ਉਹ ਤਾਂ ਮੰਮੀ ਜੀ ਮੈਨੂੰ ਨਹੀਂ ਸਮਝ ਲੱਗਣ ਦੀ ਕਿੱਥੇ ਗਏ ਪੈਸੇ ਇੱਕ ਕੰਮ ਦਿੱਤਾ ਸੀ ਤੈਨੂੰ ਕਰਨ ਵਾਸਤੇ ਉਹ ਵੀ ਨਹੀਂ ਤੂੰ ਪੂਰਾ ਕੀਤਾ ਮੁੰਡਿਆ ਮੈਨੂੰ ਤਾਂ ਲੱਗਦਾ ਇਹਨੇ ਪੈਸੇ ਗੈਪ ਕਰ ਲਏ ਵਿੱਚ ਮੰਮੀ ਜੀ ਹੱਦ ਕਰ ਦਿਓ ਜੇ ਤੁਸੀਂ ਵੀ ਮੈਂ ਕੱਲ੍ਹ ਹੀ ਪੈਸੇ ਗੈਪ ਕਰਨੇ ਸੀ ਭਾਬੀ ਮੈਂ ਦੱਸਦੀ ਹਾਂ ਕਿਉਂ ਪੈਸੇ ਗੈਪ ਕਰਨੇ ਸੀ ਆਪਣੇ ਪੇਕਿਆਂ ਦੀ ਟੌਰ ਬਣਾਉਣ ਵਾਸਤੇ ਟੌਰ ਦੀਦੀ ਮੈਂ ਕਿਹਾ ਉਹਨਾਂ ਦੀ ਟੌਰ ਬਣਾਉਣੀ ਆ ਹੋਰ ਭਾਬੀ ਪੈਸਿਆਂ ਨੂੰ ਕਿਹੜੇ ਖੰਭ ਲੱਗੇ ਨੇ ਜਿਹੜੇ ਲਮਾਰੀ ਚੋਂ ਨਿਕਲ ਕੇ ਉੱਡ ਗਏ ਨੇ ਮੈਂ ਵੀ ਸੋਚਿਆ ਐਡਾ ਮਹਿੰਗਾ ਸੂਟ ਕਿੱਦਾਂ ਬਣਾਤਾ ਇਹਨੂੰ ਉਹਨਾਂ ਦੇ ਕਿਹੜੀਆਂ ਬੱਸਾਂ ਚੱਲਣ ਡਈਆਂ ਜਾਂ ਬਹੁਤ ਵੱਡੇ ਕਾਰੋਬਾਰ ਚੱਲਣ ਡਏ ਆ ਮੰਮੀ ਬੱਸਾਂ ਤਾਂ ਸਾਡੀਆਂ ਵੀ ਚੱਲਦੀਆਂ ਭਾਬੀ ਨਾ ਇੱਥੋਂ ਪੈਸੇ ਚੋਰੀ ਕਰ ਕਰਕੇ ਆਪਣੇ ਪੇਕਿਆਂ ਦਾ ਟੌਰ ਬਣਾਉਂਦੀ ਆ ਨਹੀਂ ਤਜਿੰਦਰ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਪਲੀਜ਼ ਮੈਂ ਵਿਸ਼ਵਾਸ ਕਰੋ ਮੈਂ ਸੌ ਖਾਨੀ ਆ ਮੈਂ ਚੋਰੀ ਨਹੀਂ ਕੀਤੀ ਹੈਗੀ ਸੰਦੀਪ ਮੈਨੂੰ ਤਾਂ ਕਾਹਤੇ ਸਮਝ ਨਹੀਂ ਲੱਗਣ ਡਈ ਯਾਰ ਪੈਸੇ ਰੱਖੇ ਵੀ ਤੂੰ ਸਾਂਭ ਕੇ ਉਦਣ ਮੁੜ ਕੇ ਜਿਹੜਾ 7000 ਦਿੱਤਾ ਉਹ ਵੀ ਤੂੰ ਹੀ ਦਿੱਤਾ ਕੱਢ ਕੇ ਸੰਦੀਪ ਜੇ ਤੈਨੂੰ ਪੈਸੇ ਦੀ ਲੋੜ ਸੀ ਨਾ ਤੂੰ ਮੰਗ ਲੈਂਦੀ ਇਹਦੇ ਕੋ ਇਹ ਤੈਨੂੰ ਨਾ ਕਰਦਾ ਅੱਗੇ ਪਰ ਮੰਮੀ ਜੀ ਮੈਂ ਪੈਸੇ ਨਹੀਂ ਕੱਢੇ ਅਗਰ ਮੈਂ ਤੁਹਾਨੂੰ ਕਹਿੰਦੀ ਹਾਂ ਨਾ ਮੈਂ ਤੇਰੇ ਤੈਨੂੰ ਬਹੁਤ ਚੰਗੀ ਸਮਝਿਆ ਸੀਗਾ ਭਾਬੀ ਨਾਲੇ ਵੀਰੇ ਨੇ ਕਿਹਾ ਸੀ ਉਹ ਪੈਸੇ ਉਹਨੂੰ ਹੱਥ ਨਹੀਂ ਲਾਉਣਾ ਉਹਨਾਂ ਨੇ ਝੋਨਾ ਲਾਉਣਾ ਸੀ ਟਰੈਕਟਰ ਦੇ ਤੇਲ ਲਈ ਪੈਸੇ ਰੱਖੇ ਸੀ ਤਜਿੰਦਰ ਉਹ ਮੈਨੂੰ ਨਹੀਂ ਪਤਾ ਕਿੱਥੇ ਗਏ ਪੈਸੇ ਜੇ ਮੈਨੂੰ ਪੈਸੇ ਚਾਹੀਦੇ ਨੇ ਮੈਂ ਤੁਹਾਡੇ ਕੋਲ ਮੰਗ ਹੀ ਲੈਣਾ ਮੈਂ ਕਿਉਂ ਇਦਾਂ ਕਰਨਾ ਵਾ ਤੇ ਕਰਨਾ ਹੀ ਆ ਤੂੰ ਉਦੋਂ ਵੀ ਰੋਟੀ ਪੱਕ ਸਕਦੀ ਨਾ ਦੁਪਹਿਰੇ ਸਮੋਸਿਆਂ ਤੋਂ ਚੁੱਕ ਕੇ ਮੈਨੂੰ ਫੋਨ ਕਰਤਾ ਸੀਗਾ ਇਹਨੂੰ ਤਾਂ ਜ਼ਿਆਦਾ ਸ਼ਰਮ ਲਾਈ ਆ ਇਹਨੂੰ ਤਾਂ ਕੋਈ ਪਤਾ ਹੀ ਨਹੀਂ ਆ ਤਜਿੰਦਰ ਤੁਸੀਂ ਮੇਰੀ ਗੱਲ ਨੂੰ ਕਿਉਂ ਨਹੀਂ ਸਮਝਦੇ ਹੈਗੇ ਮੈਂ ਕੀ ਕਰਨੇ ਉਹ ਪੈਸੇ ਮੈਨੂੰ ਤਾਂ ਯਾਰ ਕੁਝ ਸਮਝ ਨਹੀਂ ਲੱਗਣ ਦੀ ਮੇਰਾ ਦਿਮਾਗ ਖਰਾਬ ਹੋ ਗਿਆ ਵੀਰੇ ਤੂੰ ਹਮੇਸ਼ਾ ਮੇਰਾ ਕਸੂਰ ਕੱਢਦਾ ਸੀ ਨਾ ਵੇਖ ਲਿਆ ਭਾਬੀ ਦੇ ਕਰਤੂਤ ਤਜਿੰਦਰ ਪਲੀਜ਼ ਮੇਰੀ ਗੱਲ ਦਾ ਵਿਸ਼ਵਾਸ ਕਰੋ ਮੰਮੀ ਜੀ ਤੁਸੀਂ ਵੀ ਦੇਖੋ ਨਾ ਪਲੀਜ਼ ਮੈਂ ਨਹੀਂ ਪੈਸੇ ਕੱਢੇ ਹੈਗੇ ਹੁਣ ਨਾ ਚੁੱਪ ਕਰ ਤੂੰ ਰੋ ਰੋ ਕੇ ਹਨਾ ਪਜਾਮੇ ਦੇ ਨਾ ਪੇਕਾ ਇਹ ਤੇਰੀ ਚਾਹ ਮੈਂ ਪੈਸੇ ਕਿੱਥੇ ਲੱਗ ਜਾਣੇ ਜੇ ਮੈਨੂੰ ਚਾਹੀਦੇ ਨਾ ਮੈਂ ਮੰਗ ਲੈਣੇ ਹੀ ਸੱਚੀ ਬੰਦੇ ਹੈ ਨਾ ਵੀ ਮੈਂ ਨਹੀਂ ਪੈਸੇ ਚੋਰੀ ਕੀਤੇ ਮੈਂ ਨਹੀਂ ਚੋਰੀ ਕੀਤੇ ਚੋਰੀ ਕੌਣ ਕਰਕੇ ਲੈ ਜਾਏ ਮੈਨੂੰ ਕਹਿੰਦੀ ਕਲੇਸ਼ ਕਰਦੀ ਪਰ ਮੈਂ ਤੇਰਾ ਨਾ ਚੋਰੀ ਨਹੀਂ ਕਰਦੀ
ਜਿੰਦਰ ਤੁਸੀਂ ਪਲੀਜ਼ ਮੇਰੀ ਗੱਲ ਸੁਣੋ। ਤੁਸੀਂ ਕਿਉਂ ਨਹੀਂ ਸੁਣਦੇ ਪਏ ਮੇਰੀ ਗੱਲ ਨੂੰ? ਤੁਸੀਂ ਵੀ ਇਹਨਾਂ ਦੀਆਂ ਗੱਲਾਂ 'ਚ ਆ ਗਏ ਜੇ। ਨਹੀਂ ਪਰੇ ਹੋ ਜਾ ਯਾਰ, ਮੈਨੂੰ ਹੱਥ ਨਾਲ ਲਾ। ਨਹੀਂ ਚੋਰਨੀ ਹੈ, ਜਾ ਚੱਲ ਜਾ ਇੱਥੋਂ, ਹੱਥ ਨਾਲ ਲਾਈ ਮੇਰੇ ਵੀਰ ਨੂੰ। ਮੰਮੀ ਇਹਦੇ ਪੇਕੇ ਫੋਨ ਲਾਓ ਤੇ ਦੱਸੋ ਇਹਦੀ ਕਰਤੂਤ ਕੀ, ਇਹਨੇ ਚੰਨ ਚਾੜਿਆ ਇੱਥੇ। ਹੁਣ ਸੱਚੀ ਬਣ ਬਣ ਵਿਖਾਉਣ ਡਈ ਹੈ। ਟੈਨਸ਼ਨ ਨਾ ਲਿਓ, ਅਸੀਂ ਤੁਹਾਡੇ ਨਾਲ ਹਾਂ। ਚੱਲ ਮੰਮੀ ਆ ਜਾ, ਆਪਾਂ ਬਾਹਰ ਬਹਿੰਦੇ ਹਾਂ। ਸੁਣਿਆ ਸੀਗਾ ਕਿ ਪੈਸੇ ਕਰਕੇ ਘਰ 'ਚ ਕਲੇਸ਼ ਪੈ ਜਾਂਦੇ ਆ। ਸੱਚੀ ਗੱਲ ਆ, ਸੰਦੀਪ ਨੂੰ ਵੇਖਾਂ ਜਾ ਕੇ। ਹੈਂ, ਕੁੰਡੀ ਲਾ ਲਈ ਇਹਨੇ? ਸੰਦੀਪ, ਸੰਦੀਪ ਖੋਲ। ਦਰਵਾਜ਼ਾ ਨਹੀਂ ਖੋਲਣ ਡੀ। ਮੰਮੀ ਜੀ, ਸਿੰਮੀ, ਸੰਦੀਪ ਕੀ ਹੋ ਗਿਆ ਵਾ? ਸੰਦੀਪ ਦਰਵਾਜ਼ਾ ਨਹੀਂ ਖੋਲਣ ਡੀ ਅੰਦਰੋਂ। ਤੁਸੀਂ ਮੰਮੀ ਉਹਨੂੰ ਜ਼ਿਆਦਾ ਹੀ ਕਹਿਤਾ, 6000 ਰੁਪਈਆ ਹੈਗਾ, ਕੀ ਸੀਗਾ ਇੰਨਾ ਕੁਛ ਕਹਿਣ ਦੀ ਕੀ ਲੋੜ ਸੀ? ਤੇ ਲੈ ਵੀਰੇ, ਅਸੀਂ ਕਿਹੜਾ ਉਹਨੂੰ ਕੁਛ ਉਲਟਾ ਸਿੱਧਾ ਕਹਿਤਾ, ਸੱਚ ਹੀ ਤਾਂ ਕਿਹਾ। ਸੱਚ ਕਿਹਾ ਤਾਂ ਉਹ ਹੁਣ ਅੰਦਰ ਕੋਈ ਗਲਤ ਸਟੈਪ ਨਾ ਚੁੱਕ ਲਏ। ਉੱਤੋਂ ਤੁਸੀਂ ਪੇਕਿਆਂ ਨੂੰ ਫੋਨ ਕਰਨ ਦਾ ਕਹਿਤਾ ਉਹਨੂੰ। ਸੰਦੀਪ, ਸੰਦੀਪ ਖੋਲ ਬੂਆ, ਖੋਲ ਦੇ ਸੰਦੀਪ।